ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਬੇਬੀ ਸ਼ਾਵਰ ਤੇ ਜਾ ਰਹੇ ਆ, ਅਸੀਂ ਰੈਡੀ ਆ। ਇਹਨਾਂ ਨੂੰ ਮਸਾਂ ਤਿਆਰ ਕੀਤਾ, ਆਈਲੈਸ਼ਸ ਮਸਾਂ ਲਾ ਲੂ ਕੇ ਮਸਾਂ ਰੈਡੀ ਕੀਤਾ। ਫਸਟ ਟਾਈਮ ਆਈਲੈਸ਼ਸ ਟਰਾਈ ਕੀਤੀਆਂ ਸੀ, ਸੋ ਟਾਈਮ ਲੱਗ ਗਿਆ। ਤੇ ਅਸੀਂ ਅੱਜ ਨਵੇਂ ਕੈਮਰੇ ਨਾਲ ਵੀਡੀਓ ਬਣਾ ਰਹੇ ਆ ਜੀ, ਤੇ ਨਵੇਂ ਕੈਮਰੇ ਨਾਲ ਉੱਥੇ ਜਾ ਕੇ ਵੀਡੀਓ ਸ਼ੂਟ ਕਰਾਂਗੇ। ਤੇ ਬੇਬੀ ਸ਼ਾਵਰ ਕਹਿੰਦੇ ਨਾ, ਹਾਂ ਅਸੀਂ ਬੇਬੀ ਸ਼ਾਵਰ ਤੇ ਚੱਲੇ ਆ। ਇੰਡੀਆ ਚ ਤਾਂ ਇਹਨੂੰ ਗੋਦ ਭਰਾਈ ਕਹਿੰਦੇ ਆ, ਪਰ ਇੰਗਲਿਸ਼ ਚ ਤੁਹਾਨੂੰ ਪਤਾ ਹੀ ਆ ਵੀ ਜਿੱਦਾਂ ਬੇਬੀ ਸ਼ਾਵਰ ਕਹਿੰਦੇ ਆ। ਸੋ ਇਹ ਗੋਰਿਆਂ ਦਾ ਬੇਬੀ ਸ਼ਾਵਰ ਆ, ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿੱਦਾਂ ਦਾ ਵੀ ਗੋਰੇ ਬੇਬੀ ਸ਼ਾਵਰ ਮਨਾਉਂਦੇ ਆ। ਅਸੀਂ ਵੀ ਫਸਟ ਟਾਈਮ ਹੀ ਜਾ ਰਹੇ ਆ ਬੇਬੀ ਸ਼ਾਵਰ ਤੇ। ਨਹੀਂ ਜੀ, ਅਸੀਂ ਆਪਦੇ ਬੇਬੀ ਦਾ ਵੀ ਬੇਬੀ ਸ਼ਾਵਰ ਮਨਾਇਆ ਸੀ। ਹਾਂ, ਬਟ ਗੋਰਿਆਂ ਦੇ ਤਾਂ ਫਸਟ ਟਾਈਮ। ਹਾਂ, ਗੋਰਿਆਂ ਦੇ ਬੇਬੀ ਸ਼ਾਵਰ ਤੇ ਫਸਟ ਟਾਈਮ ਜਾ ਰਹੇ ਆ। ਸੋ ਅਸੀਂ ਦਿਖਾਉਂਦੇ ਹਾਂ ਤੁਹਾਨੂੰ ਉੱਥੇ ਜਾ ਕੇ, ਸਾਰੀ ਵੀਡੀਓ ਵੇਖਿਓ ਤੇ ਇਹਦੇ ਵਿੱਚ ਸਾਰੇ ਗੋਰਿਆਂ ਦੇ ਜੋ ਵੀ ਕਿੱਦਾਂ ਗੇਮਸ ਖੇਡਦੇ ਆ ਉੱਥੇ, ਜੋ ਵੀ ਕਰਦੇ ਆ, ਉਹ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ। ਸੋ ਐਂਟਰੈਂਸ ਆ, ਅਤੇ ਇਸ ਤੋਂ ਬਾਅਦ ਆਪਾਂ ਐਂਟਰ ਕਰ ਗਏ ਹਾਂ। ਇੱਥੇ ਕੌਫੀ ਵਗੈਰਾ ਦਾ ਪ੍ਰਬੰਧ ਆ ਜੇ ਤੁਸੀਂ ਪੀਣੀ ਆ ਤਾਂ। ਅਤੇ ਇਸ ਤੋਂ ਬਾਅਦ ਆ ਕੇਕ ਆ, ਕੇਕ ਕੱਟਣਗੇ ਅਤੇ ਡੈਕੋਰੇਸ਼ਨ। ਇਸ ਤੋਂ ਬਾਅਦ ਇਹ ਡੈਕੋਰੇਸ਼ਨ ਆ। ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ। ਮਾਤਾ ਤੂੰ ਕਦੇ ਆਇਆ ਕਰੀ ਨੀ, ਨਾਲ ਆਇਆ ਕਰੀ ਨੀ। ਇੱਕ ਹੋਰ ਲਾ ਦੇ, ਜਾਨੀ ਤਿੰਨ ਲਾ ਦੇ। You should try, yeah. Maybe can you look at this guy? The cheetah, you know? No, what? I'm about to move that guy. Oh, yeah, do you know what I'm making? No. Bada. Chal, hum sahi hai. Yes, spin around. Chal, bada lagi to laya. Oh, slowly. Yeah, this way. Go forward. You're going wrong way. Sahi hai, sahi hai, Johnny. Siddhe. Siddhe. ਵਿਚਾਲੇ ਆ, ਸਹੀ ਆ, ਥੱਲੇ ਨੂੰ ਆਓ, ਥੱਲੇ ਮਾਤਾ ਤੂੰ ਕਦੇ ਆਇਆ ਕਰੀ ਨੀ, ਨਾਲ ਆਇਆ ਕਰੀ ਨੀ। ਖਾਣਾ ਪਹੁੰਚ ਚੁੱਕਿਆ ਜੀ, ਰੋਟੀ ਰੈਡੀ ਆ ਟੇਬਲ ਤੇ, ਸੁੱਖਣਾ ਇੰਡੀਅਨ ਥਾਲੀ। ਆ ਸਾਨੂੰ ਸਾਰਾ ਕੁਛ ਦਿੱਤਾ ਕਹਿ ਲਓ ਜਾਂ ਚੱਕ ਕੇ ਲਿਆਂਦਾ ਕਹਿ ਲਓ, ਸੇਮ ਹੀ ਗੱਲ ਆ। ਅਤੇ ਬੇਸਿਕਲੀ ਇਹ ਦਿੱਤਾ ਕੈਰਵ ਦੇ ਲਈ।
ਆ ਲੋਲੀ ਸੀ ਜਿੱਤੀਆਂ ਤੇ ਬਾਕੀ ਸਾਰਾ ਕੁਛ ਆ ਦਿੱਤਾ ਵੀ ਚੱਕ ਕੇ ਲਿਆਂਦੇ ਆ ਤੇ ਚੱਕ ਕੇ ਨਹੀਂ ਲੈ ਕੇ ਆਏ ਆਪਾਂ ਦਿੱਤੇ ਆ ਉਹਨਾਂ ਨੇ ਇੱਕ ਆ ਬਾਕਸ ਚੱਕ ਕੇ ਲਿਆਂਦੇ ਆ ਦੋ ਤੇ ਨਹੀਂ ਉਹਨਾਂ ਨੇ ਕਹਿਰ ਮਨੂੰ ਦਿੱਤੇ ਆ ਆ ਵੇਖੋ ਸਾਰਾ ਕੁਝ ਲਿਆਂਦਾ ਉਹ ਵੀ ਲਿਆਵਾਂ ਮੈਂ ਜਿਹੜਾ ਜਿੱਤ ਕੇ ਲਿਆਂਦਾ ਇੱਕ ਅਸੀਂ ਪ੍ਰਾਈਜ਼ ਵੀ ਜਿੱਤਿਆ ਅਸੀਂ ਪ੍ਰਾਈਜ਼ ਜਿੱਤਿਆਗਾ ਹਾਂ ਲੋਲੀਜ਼ ਦਾ ਪੈਕ ਗੈਸ ਕਰਨਾ ਸੀਗਾ ਵੀ ਕਿੰਨੇ ਕਿੰਨੀਆਂ ਲੋਲੀਜ਼ ਨੇ ਉਹਦੇ ਵਿੱਚ ਤੇ ਬਰਾੜ ਸਾਹਿਬ ਦਾ ਗੈਸ ਸਭ ਨੂੰ ਸਹੀ ਗਿਆ ਨੀਅਰ ਸੀਗਾ 700 724 ਸੀਗੇ ਤੇ ਅਸੀਂ ਗੈਸ ਕੀਤਾ ਸੀ 727 ਇਹਦੇ ਵਿੱਚ 27 ਸਾਡਾ ਲੱਕੀ ਨੰਬਰ ਆ ਆ ਦਿੱਤਾ ਉਹਨਾਂ ਨੇ ਆ ਦਿੱਤਾ ਕੈਰਵ ਨੂੰ ਇਹ ਇਹ ਦਿੱਤਾ ਇਹ ਮੈਂ ਜਿੱਤਿਆ ਅਸੀਂ ਜਿੱਤਿਆ ਅਸੀਂ ਜਿੱਤ ਕੇ ਲਿਆਂਦਾ ਇਹ ਇਹਦੇ ਵਿੱਚ ਦੱਸਣਾ ਸੀ ਕਿੰਨੀਆਂ ਲੋਲੀਜ਼ ਨੇ ਅਤੇ ਅਸੀਂ ਸਭ ਤੋਂ ਕਲੋਜ਼ ਗੈਸ ਸਾਡਾ ਸੀਗਾ 724 ਇਹਦੇ ਵਿੱਚ ਹੈਗਾ ਅਤੇ 727 ਦਾ ਗੈਸ ਸੀਗਾ ਮੇਰਾ ਮਤਲਬ ਸਾਡਾ ਅਤੇ ਅਸੀਂ ਇਹ ਜਿੱਤਿਆ ਸੋ ਜੇ ਤੁਹਾਨੂੰ ਸਾਡੀ ਵੀਡੀਓ ਅੱਜ ਦੀ ਚੰਗੀ ਲੱਗੀ ਤਾਂ ਪਲੀਜ਼ ਸਾਡੀ ਵੀਡੀਓ ਨੂੰ ਸ਼ੇਅਰ ਕਰੋ ਅਤੇ ਲਾਈਕ ਅਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਅਤੇ ਅੱਜ ਅਸੀਂ ਇਹ ਨਾ ਭੁੱਲਿਓ ਅਸੀਂ ਨਵੇਂ ਕੈਮਰੇ ਨਾਲ ਵੀਡੀਓ ਬਣਾਈ ਆ ਸਾਨੂੰ ਕੁਆਲਿਟੀ ਵੀਡੀਓ ਦੀ ਜ਼ਰੂਰ ਦੱਸ ਦਿਓ ਅਤੇ ਪਲੱਸ ਸਾਡੇ ਜਿਹੜੇ ਵੀ ਸਾਡੀ ਵੀਡੀਓ ਨੂੰ ਨਵੇਂ ਦੇਖ ਰਹੇ ਆ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਸਾਡੀਆਂ ਸਾਰੀਆਂ ਅੱਗੇ ਵਾਸਤੇ ਵੀਡੀਓਜ਼ ਦੇਖ ਸਕੋ ਅਤੇ ਬੈੱਲ ਦਾ ਆਈਕੋਨ ਦਬਾ ਦਿਓ ਜੀ ਤਾਂ ਜੋ ਤੁਹਾਨੂੰ ਨਵੀਂ ਸਾਡੀ ਜਿਹੜੀ ਵੀ ਵੀਡੀਓ ਆਉਂਦੀ ਆ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਅਤੇ ਪਲੀਜ਼ ਪਲੀਜ਼ ਸਾਨੂੰ ਸਪੋਰਟ ਕਰੋ ਤੁਹਾਡੇ ਸਪੋਰਟ ਦੀ ਸਾਨੂੰ ਬਹੁਤ ਲੋੜ ਹੈ ਅਤੇ ਥੈਂਕ ਯੂ ਸੋ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ